ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਗਜਰੇਲਾ ਬਣਾਉਣ ਲੱਗੇ ਹਾਂ ਮੈਂ ਤੇ ਨਵੀ ਤੇ ਅਸੀਂ ਹੁਣ ਦਿਖਾਉਣ ਲੱਗੇ ਕਿੱਦਾਂ ਬਣਾਉਣ ਨੂੰ ਤਾਂ ਅੱਧਾ ਕੱਪ ਆਪਾਂ ਦੁੱਧ ਦਾ ਲਿਆ ਆ ਸਾਡੇ ਦਿਮਾਗ ਮੈਂ ਖਾਧੀ ਟੈਸਟ ਤੋਂ ਪਹਿਲਾਂ ਮੈਨੂੰ ਚਾਰ ਆਇਆ ਮੈਨੂੰ ਮੈਂ ਕੀ ਕਰਾਂ ਉਹ ਕਹਿ ਗੋਪੀ ਕਹਿੰਦਾ ਮੇਰਾ ਤਾਂ ਦਿਮਾਗ ਹੋਰ ਸਲੋ ਹੋ ਗਿਆ ਬਦਾਮ ਖਾ ਕੇ ਪੂਰਾ ਬੈਗ ਲੈ ਲਿਆ ਗਾਜਰਾਂ ਦਾ ਜਿੱਦਾਂ ਸਾਰਿਆਂ ਨੇ ਸਟ੍ਰੀਟ ਲੈ ਬਣਾਉਣੀ ਹੈ ਨਹੀਂ ਆਪਾਂ ਇਹਦੇ ਵਿੱਚੋਂ ਆਪਾਂ ਛੇ ਕੱਢਾਂਗੇ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਡਿਪੈਂਡ ਆ ਤੁਹਾਡੇ ਟੱਬਰ ਕਿੰਨਾ ਕਿਹਨੇ ਕਿਹਨੇ ਖਾਣਾ ਆ ਦੇਖੋ ਹੁਣ ਆਪਾਂ ਗਾਜਰ ਪੀਲ ਕਰ ਦੇਣਾ ਗੋਪੀ ਨੇ ਜ਼ਿੰਦਗੀ ਵਿੱਚ ਪੀ ਨਹੀਂ ਤੇ ਅੱਧੀ ਬੈਲ ਭੁੰਜੇ ਚੜਤੀ ਆ ਨਹੀਂ ਦਾ ਕੰਮ ਇਦਾਂ ਹੀ ਹੁੰਦਾ ਆਪਾਂ ਸਾਰੀ ਪੀਲ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਫੜੀਦਾ ਗੋਪੀ ਹੁਣ ਗਾਜਾਂ ਨੂੰ ਛਿੱਲਣ ਲੱਗਾ ਆ ਤੇ ਦੇਖੋ ਗੋਪੀ ਦੇ ਐਕਸਪਰਟੀਜ਼ ਇਹ ਬਾਹਲਾ ਵਧੀਆ ਕਰਦਾ ਆ ਗੋਪੀ ਤੂੰ ਕਿੱਥੋਂ ਸਿੱਖਿਆ ਸੀਗਾ ਵੈਸੇ ਮੇਰਾ ਡੈਡੀ ਜੀ ਗੋਲਡਨ ਰਾਮਜੀ ਵਾਂਗੂ ਆ ਜੀ ਉਹਨੇ ਮੈਨੂੰ ਸਿਖਾਇਆ ਸੀ ਕੱਦੂਕਸ ਕਰਦਾ ਗਾਜਰ ਦਾ ਇੱਕ ਦਿਨ ਨੈਵੀ ਯੂਨੀਵਰਸਿਟੀ ਚ ਆਈ ਸੀ ਹਨਾ ਮੈਂ ਭੁੱਖ ਬਹੁਤ ਲੱਗੀ ਸੀ ਜਦੋਂ ਨੈਵੀ ਯੂਨੀਵਰਸਿਟੀ ਪਤਾ ਨੀ ਕੋਇਨਸੀਡੈਂਟਲੀ ਹੋਊਗਾ ਬਿਕੋਜ਼ ਨੈਵੀ ਆਈ ਸੀ ਯੂਨੀਵਰਸਿਟੀ ਸੋ ਮੈਂ ਮੇਰੇ ਕੋ ਆਪ ਹੀ ਬਣਾ ਹੋਇਆ ਖਾਣ ਨੂੰ ਸੋ ਮੈਂ ਨੈਵੀ ਕਿਹਾ ਟੋਸਟ ਬਣਾ ਦਾ ਜਦੋਂ ਮੈਂ ਟੋਸਟ ਬਣਾ ਦੇ ਉਹ ਕਹਿੰਦੀ ਮੈਂ ਨੀ ਹਜੇ ਬਣਾਉਣਾ ਮੈਂ ਪਹਿਲਾਂ ਮੂੰਹ ਧੋਣਾ ਪਾਠ ਕਰਨਾ ਖਾਣਾ ਮੈਂ ਆਪ ਖਾਣਾ ਮੈਂ ਆਹ ਕਰਨਾ ਯੂਟਿਊਬ ਦਾ ਕਰਨਾ ਗੋਪੀ ਨੂੰ ਇਹ ਆਰਤਿਆ ਜਦੋਂ ਦੂਆ ਬੰਦਾ ਦੇਖ ਲੈਂਦਾ ਕਹਿੰਦਾ ਨਾਲ ਹੀ ਬਹਿ ਜਾਂਦਾ ਮੈਂ ਕਰਦੀ ਦੇਖੋ ਗੋਪੀ ਇੰਗਰੀਡੀਅੰਟਸ ਖਾਣ ਲੱਗ ਪਿਆ ਮੈਂ ਕਿਹਾ ਮੈਂ ਕਰਦੀ ਹਾਂ ਇੰਨਾ ਕਿਹਨੇ ਕੀਤਾ ਕਹਿੰਦਾ ਮੈਂ ਬਹੁਤ ਕਰਦਾ ਪਹਿਲਾਂ ਮੈਂ ਪੁੱਛਿਆ ਮੈਂ ਕਰਦੀ ਹਾਂ ਕਿਹਾ ਨਹੀਂ ਮੈਨੂੰ ਕਰ ਲੈਂਦੇ ਮੈਂ ਬਹੁਤ ਤੇਜ਼ ਹਾਂ ਤੂੰ ਕਰਨ ਲੱਗਾ ਵਿਚਾਰਕ ਹੋਇਆ ਨੀਗਾ ਫਿਰ ਮੈਂ ਕਿਹਾ ਚੱਲ ਮੈਨੂੰ ਤਰਸ ਆ ਗਿਆ ਹੁਣ ਘੇ ਪਾਉਣ ਲੱਗਾ ਪੈਨ ਦੇ ਵਿੱਚ ਆਪਾਂ ਛੋਟਾ ਜਿਹਾ ਪੈਨ ਲੈ ਲਿਆ ਆ ਗੈਸ ਆਨ ਕਰਤਾ ਆਪਾਂ ਇਹਦੇ ਨੂੰ ਵੇਟ ਕਰਨੀ ਆ ਮੈਲਟ ਹੋਣ ਨੂੰ ਤੇ ਗੋਪੀ ਕਿੱਦਾਂ ਆ ਵੈਸੇ ਮੈਂ ਯੂਜੂਲੀ ਵੀ ਇਦਾਂ ਹੀ ਕਰਦਾ ਹੁੰਦਾ ਜੋ ਮੰਮੀ ਕਹਿੰਦੀ ਚਾਹ ਬਣਾ ਮੈਂ ਚਾਹ ਬਣਾ ਲੈਂਦਾ ਇਹ ਵੀ ਬਹੁਤ ਸਿੱਧੀ ਚਾਹ ਬਣਾਉਂਦਾ ਹੈ ਕਿਉਂਕਿ ਮੈਂ ਤਾਂ ਕਦੇ ਤੇਰੀ ਚਾਹ ਪੀਤੀ ਨਹੀਂ ਜੈ ਮੈਂ ਕੀ ਕਰਾਂ ਮੇਰੀ ਬਹੁਤ ਸਵਾਦ ਹੈ ਨੈਵੀ ਦੀ ਤਾਂ ਮੈਂ ਤਾਂ ਗੋਪੀ ਨੂੰ ਮਸੀ ਸਵੇਰ ਨੂੰ ਉਠਾ ਦਿੰਦੀ ਤੇ ਇਹ ਤੂੰ ਜੋ ਚਾਹ ਸਾਨੂੰ ਫੜਾ ਦੂਗਾ ਨੈਵੀ ਦਾ ਜੇ ਚਾਹ ਹੁੰਦਾ ਪਾਣੀ ਵਰਗਾ ਹੀ ਹੁੰਦਾ ਭਾਂਡੇ ਧੋਣ ਲਵਾ ਦਿੰਦਾ ਤੇ ਆਪ ਚੱਲ ਜਾਂਦਾ ਚਲੋ ਜੀ ਕਹਿੰਦਾ ਮੇਰਾ ਕੰਮ ਤੇ ਜਾਣੇ ਆ ਹੋਰ ਕੀ ਕਰਾਂ ਮੈਂ ਆਪਾਂ ਘੱਟ ਗੈਸ ਤੇ ਕੀਤਾ ਆ ਤੇ ਆਪਾਂ ਜਿਹੜੀਆਂ ਗਾਜਰਾਂ ਗੋਪੀ ਆਪਾਂ ਐਨ ਭੁੰਨਣੀਆਂ ਆ ਵਿੱਚ ਜਿੱਦਾਂ ਇਹਨੇ ਪਾਣੀ ਛੱਡਣਾ ਤੇ ਜਦੋਂ ਡਰਾਈ ਸਾਰਾ ਹੋ ਗਿਆ ਹਨਾ ਉਹਨੇ ਮੋਇਸਚਰ ਕੋਨ ਬਗਨ ਤੇ ਆਪਾਂ ਬਾਕੀ ਚੀਜ਼ਾਂ ਪਾਵਾਂਗੇ ਤੇ ਹੁਣ ਗੋਪੀ ਮਿਕਸ ਕਰੂਗਾ ਆ ਦੇਖੋ ਜੀ ਥੋੜਾ ਜਿਹਾ ਡਲ ਗਿਆ ਮੇਰਾ ਪਰ ਇਹ ਤਾਂ ਕੋਈ ਨਾ ਮੈਂ ਨਹੀਂ ਸਾਫ ਕਰਨਾ ਉਹ ਮਾੜਾ ਜੇ ਜੀ ਤੇਰੇ ਹੱਥਾਂ ਦੀ ਚੀਜ਼ ਹੁੰਦੀ ਆ ਮਿੱਠੀ ਬਹੁਤ ਹੁੰਦੀ ਆ ਤੇ ਉਹ ਵੀ ਬਹੁਤ ਸਵਾਦ ਹੁੰਦੀ ਆ ਮੁੰਡੇ ਮਿੱਠੇ ਹੁੰਦੇ ਆ ਰੱਬ ਸਾਰੇ ਹੁੰਦੇ ਹਾਂਜੀ ਗੋਪੀ ਦਾ ਬਾਏ ਮਿੱਠਾ ਬੰਦਾ ਆ ਬਾਹਰ ਲੱਗੇ ਨਾ ਜਾ ਕੋਈ ਪਤਾ ਲੱਗਦਾ ਕਿੰਨਾ ਕੋਰਾ ਹੈ ਮੀਨਾ ਇਹ ਵੀ ਨਹੀਂ ਲੜਦਾ ਆ ਤੇ ਮੈਂ ਹੁਣ ਅੱਧਾ ਕੱਪ ਦੁੱਧ ਦਾ ਪਾਉਣ ਲੱਗਾ ਆ ਇਹਦੇ ਵਿੱਚ ਤੁਸੀਂ ਖੋਆ ਵੀ ਪਾ ਸਕਦੇ ਆ ਇਹਦੇ ਸਾਰਾ ਆਪਾਂ ਜੇ ਦੁੱਧ ਆ ਗਾਜਰਾਂ ਪੀ ਲੈਣ ਜਾਈ ਜਾਣਾ ਤੇ ਜਦੋਂ ਹਨਾ ਸਾਰਾ ਦੁੱਧ ਚੱਲ ਗਿਆ ਫਿਰ ਆਪਾਂ ਤੁਹਾਨੂੰ ਨੈਕਸਟ ਸਟੈਪ ਦੱਸਾਂਗੇ ਮੈਂ ਕੱਟ ਖਾਣੀ ਉਹ ਕੀ ਬਣ ਗਿਆ ਕੜਾ ਗਿਆ ਕੀ ਬਣ ਗਿਆ ਕੜਾ ਗਿਆ ਕੀ ਬਣ ਗਿਆ ਕਿਆ ਗਿਆ ਉਹ ਦੇਖੋ ਗੋਪੀ ਦਾ ਕੰਮ ਬਹੁਤ ਸਵਾਦ ਲੱਗਦਾ
ਮੈਂ ਹੁਣ ਸੁੱਕਾ ਦੁੱਧ ਪਾਉਣ ਲੱਗਾ ਹਾਂਜੀ ਤੇ ਆਪਾਂ ਸੁੱਕਾ ਦੁੱਧ ਪਾਈਦਾ ਥੋੜਾ ਜਿਹਾ ਮੇਰੇ ਹੱਥ ਸਾਰੇ ਲੂ ਹੋ ਗਏ ਥੋੜਾ ਜਿਹਾ ਫਲੇਵਰ ਲੈ 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 ਆ ਦੇਖੋ ਤੇ ਨਾ ਇਥੋਂ ਜੇ ਸੰਘਣਾ ਹੋ ਜਾਂਦਾ ਆ ਤੇ ਆਪਾਂ ਇਹ ਖੋਏ ਦੇ ਥਾਂ ਪਾਈਦਾ ਮੇਰੀ ਗੋਪੀ ਇੱਕ ਆਪਾਂ ਹੁਣ ਇਲਾਚੀ ਦਾ ਦਾਣਾ ਪਾ ਦੇਣਾ ਤੁਸੀਂ ਇਲਾਚੀ ਪਾਊਡਰ ਵੀ ਲੈ ਸਕਦੇ ਆ ਮੈਂ ਵੀ ਇਲਾਚੀ ਬਹੁਤ ਖਾਂਦੀ ਹੁੰਦੀ ਜੋ ਛੋਟੀ ਹੁੰਦੀ ਸਾਡਾ ਆ ਦੇਖੋ ਹੁਣ ਆਪਾਂ ਉਹ ਦੇਖ ਲਾ ਜੋ ਇੱਕ ਚਮਚ ਬ੍ਰਾਊਨ ਸ਼ੂਗਰ ਦਾ ਪਾਉਣ ਲੱਗੇ ਆ ਉਹ ਐਨ ਵਿੱਚ ਮਿਕਸ ਕਰ ਦੇ ਆਪਾਂ ਇਹ ਨਾਲ ਨਾਲ ਮਿਕਸ ਕਰ ਦੇਣੀ ਆ ਤੇ ਤੁਹਾਡੇ ਮਰਜ਼ੀ ਆ ਤੁਸੀਂ ਕਿੰਨੀ ਪਾਉਣੀ ਆ ਅਸੀਂ ਬ੍ਰਾਊਨ ਸ਼ੂਗਰ ਲਈ ਆ ਤੁਸੀਂ ਵਾਈਟ ਸ਼ੂਗਰ ਵੀ ਲੈ ਸਕਦੇ ਆ ਸ਼ੱਕਰ ਵੀ ਪਾ ਸਕਦੇ ਨੇ ਹੋਰ ਵੀ ਕੋਈ ਚੀਜ਼ ਹੈ ਇਸਨੇ ਸ਼ੱਕਰ ਸ਼ੱਕਰ ਹਾਂ ਸ਼ੱਕਰ 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 ਨਹੀਂ ਹੁੰਦਾ ਤਾਂ ਗਾਲ ਜੀ ਹੁੰਦੀ ਹੈ ਕਹਿੰਦੀ ਸ਼ੱਕਰ ਨਹੀਂ ਸ਼ੱਕਰ ਹੁੰਦਾ ਸ਼ੱਕਰ ਚੱਲ ਆ ਦੇਖੋ ਸੀ ਸੀ ਹੁਣ ਮੈਨੂੰ ਕਰ ਦੇ ਮੈਨੂੰ ਕਰ ਦੇ ਮੈਂ ਉਹ ਬਣਾ ਪਰ ਇਹ ਗੋਪੀ ਤੂੰ ਨੰਬਰ ਨਾ ਲੈ ਤੂੰ ਥੱਲੇ ਲਾ ਦੇ ਨਹੀਂ ਨੰਬਰ ਨਾ ਸ਼ੀ ਸ਼ੀ ਵੀਰ ਨੂੰ ਦੇਖ ਲੰਦੇ ਗੋਪੀ ਕਹਿੰਦਾ ਮੇਰੇ ਨੰਬਰ ਬਣ ਜਾਣ ਆ ਆਟੇ ਵਾਂਗੂ ਲਾ ਦੇ ਹਾਂ ਦੇਖੋ ਹੁਣ ਸੰਘਣਾ ਚਾਹ ਪਾਣੀ ਕਿਹਾ ਆ ਤੇ ਹੁਣ ਆਪਾਂ ਪਾਵਾਂਗੇ ਹੋਰ ਚੀਜ਼ਾਂ ਵਿੱਚ ਤੇ ਤੁਹਾਨੂੰ ਦਿਖਾਉਣੇ ਆ ਸਭ ਮੈਂ ਹੁਣ ਲੈਚੀ ਪਾਉਣ ਲੱਗਾ ਸੌ ਗਈ ਤੇ ਬਦਾਮ ਨਹੀਂ ਲੈਚੀ ਤੇ ਪਾਤੀ ਆਪਾਂ ਪਤਾ ਨਹੀਂ ਕੀ ਕੀ ਪਾਉਣਾ ਮੈਂ ਪਾਤਾ ਵਿੱਚ ਆਪਾਂ ਉਦਾਂ ਹੀ ਪਾਤਾ ਤੁਸੀਂ ਕੱਟ ਕੇ ਵੀ ਪਾ ਸਕਦੇ ਤੁਹਾਡੀ ਮਰਜ਼ੀ ਤੁਸੀਂ ਨਹੀਂ ਪਾਉਣਾ ਨਹੀਂ ਇਹ ਟੁੱਟਣੇ ਨਹੀਂ ਟੁੱਟਣੇ ਨਹੀਂ ਦੇਖੀ ਮੈਂ ਜ਼ੋਰ ਨਾ ਟੁੱਟ ਜਾਂਦੇ ਹੁਣ ਆਪਾਂ ਬਾਅਦ ਚ ਟੇਸਟ ਟੈਸਟ ਕਰਦੇ ਦੇਖਦੇ ਸ਼ੂਗਰ ਸਾਗਰ ਸਹੀ ਆ ਮੈਨੂੰ ਤਾਂ ਪੰਜਾਬੀ ਭੁੱਲ ਗਈ ਗੋਪੀ ਨੇ ਤਾਂ ਮੇਰਾ ਦਿਮਾਗ ਹੀ ਫੇਰਤਾ ਨਾ ਤਾਂ ਮੇਰੀ ਪੰਜਾਬੀ ਵਧੀਆ ਜਾਂ ਗੋਪੀ ਦੀ ਮੈਨੂੰ ਤਾਂ ਲੱਗਦਾ ਮੇਰੀ ਪੰਜਾਬੀ ਬੋਲਣ ਚ ਵਧੀਆ ਆ ਸਾਰੇ ਆਂਟੀਆਂ ਨੇ ਕਹਿਣਾ ਮੇਰੀ ਵਧੀਆ ਆ ਆਹ ਹੁਣ ਸਾਡਾ ਹੈਗਾ ਫਾਈਨਲ ਫੜਾ ਗਜਰੇਲਾ ਪਰ ਨਿੱਕੀ ਜੀ ਚਮਚਾ ਲੈ ਆਇਆ ਹਾਂ ਆਪਾਂ ਟੈਸਟ ਕਰਦੇ ਹਾਂ ਨਹੀਂ ਤੂੰ ਟੈਸਟ ਕਰਦੀ ਆ ਕਰ ਇਹ ਟੈਸਟ ਵੀ ਨਹੀਂ ਕੀਤਾ ਤੂੰ ਚੁੱਪ ਸ਼ਾਂਤ ਬਹੁਤ ਸਾਰੇ ਸ਼ੁਕਰ ਕਰਕੇ ਸ਼ੁਕਰ ਪਾਈ ਲੈ ਡੈਡੀ ਹੁਣ ਕੰਮ ਤੋਂ ਆਇਆ ਤਾਂ ਨਹੀਂ ਥੋੜੀ ਜੀ ਗੱਲ ਨਹੀਂ ਬਹੁਤ ਸਵਾਦ ਬਣਿਆ ਟੇਸਟੀ ਆ ਸੱਚੀ ਲੈ ਇਹ ਮੁੰਡੇ ਨੇ ਬਣਾਇਆ ਨਹੀਂ ਬਣਾਇਆ ਮੈਂ ਫਿਰ ਬੋਲ ਬੋਲਿਆ